ਤਾ ਜਦੋਂ ਰਾਤ ਨੂੰ ਪਤਾ ਲੱਗਿਆ ਵੀ ਨੈਕਸਟ ਡੇ ਇੰਨਾ weight ਘਟਾਣਾ ਹੈ ਤਾਂ ਲੜਕੀ ਦੇ efforts ਚਾਹ ਰਨਿੰਗ ਹੈ ਚਾਹ ਸੋਨਾ ਬਾਥ ਹੈ ਚਾਹ 스ਕਿਪਿੰਗ ਹੈ ਚਾਹ ਰੈਸਲਿੰਗ ਟ੍ਰੇਨਿੰਗ ਹੈ ਕੋਈ ਕਸਰ ਨਹੀਂ ਇਵਨ ਕਿ ਆਪਣੇ ਵਾਲ ਔਰ ਖੂਨ ਤੱਕ ਉਸ ਲੜੀ ਨੇ ਜਿਹੜਾ cut down ਕੀਤੇ ਦਾ ਸਿਲਵਰ ਉਹਦਾ ਹੱਕ ਹੈ ਜੋ ਉਹਨੂੰ ਮਿਲਣਾ ਚਾਹੀਦਾ ਆਪਾਂ ਨੂੰ ਇੱਕ ਜੋ ਟੋਕਿਓ ਦੇ ਨਾਲ ਖੜਨਾ ਚਾਹੀਦਾ ਆਪਾਂ ਖੜਾਂਗੇ ਔਰ ਖੜ ਕੇ ਉਸ ਲੜਕੀ ਦਾ ਜੋ ਉਹਨੇ ਮਾਨ ਵਧਾਇਆ ਸਾਰੇ ਹਿੰਦੁਸਤਾਨੀਆਂ ਦਾ ਉਸ ਮਾਨ ਲਈ ਜੋ ਉਹਨੂੰ ਬਣਦਾ ਹੱਕ ਉਹ ਦਵਾਉਣਾ ਪੈ। ਪੈਰਿਸ 올림픽 2024 ਦੇ ਵਿੱਚ ਵਿਨੇਸ਼ ਫਗਾੜ ਨੂੰ ਪਿਛਲੇ ਦਿਨੀ ਆਈ ਲੈ ਕੇ ਮਾੜੀ ਖ਼ਬਰ ਨੂੰ ਲੈ ਕੇ ਜਿੱਥੇ ਸੰਸਦ ਦੇ ਵਿੱਚ ਲੈ ਕੇ ਚਰਚਾ ਚੱਲ ਰਹੀ ਹੈ ਤਾਂ ਉੱਥੇ ਖੇਡ ਜਗਤ ਦੇ ਵਿੱਚ ਵੀ ਇੱਕ ਜਿਹੜੀ ਨਿਰਾਸ਼ਾ ਹੈਗੀ ਉਹ ਮਿਲ ਰਹੀ ਹੈਗੀ ਕਿਉਂਕਿ ਵਿਨੇਸ਼ ਫਗਾੜ ਜਿਹੜਾ ਫਾਈਨਲ ਰਾਊਂਡ ਆਪਣਾ ਲੜ ਰਹੀ ਸੀ 100 ਗ੍ਰਾਮ ਵਜ਼ਨ ਕਰਕੇ ਉਹਨਾਂ ਨੂੰ ਡਿਸਕਵਾਲਿਫਾਈ ਕੀਤਾ ਗਿਆ ਤਾਂ ਇਸ ਤੋਂ ਬਾਅਦ ਉਹ ਜਿਹੜੀ ਉਹਨਾਂ ਦੀ ਸਰੀਰਕ ਤੌਰ ਤੇ ਸਿਹਤ ਹੈ ਉਹ ਵਿਗੜ ਜਾਂਦੀ ਹੈਗੀ। ਤਾ ਕੱਲ ਜਿਹੜਾ ਕਿ ਉਹ ਕੁਸ਼ਤੀ ਤੋਂ ਸਦਾ ਦੇ ਲਈ ਜਿਹੜਾ ਸੰਿਆਸ ਲੈ ਲੈਂਦੇ ਨੇ ਤਾਂ ਇਸ ਤੋਂ ਬਾਅਦ ਲਗਾਤਾਰ ਜਿਹੜਾ ਖੇਡ ਜਗਤ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਦੇ ਵਿੱਚ ਲਗਾਤਾਰ ਹੀ ਨਿਰਾਸ਼ਾ ਪਾਈ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਇਸ ਦੇ ਵਿੱਚ ਚੱਲ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਅੱਜ ਅਸੀਂ 2004 ਦੇ ਵਿੱਚ 올림픽 ਦੇ ਵਿੱਚ ਭਾਰਤ ਵੱਲੋਂ ਕੁਸ਼ਤੀ ਦੀ ਤਰਜਮਾਨੀ ਕਰ ਚੁੱਕੇ ਬਲਵਿੰਦਰ ਸਿੰਘ ਚੀਮਾ ਸਾਡੇ ਨਾਲ ਨੇਗੇ ਜੋ ਕਿ ਇਸ ਸਮੇਂ ਐਸਪੀ ਨੇਗੇ ਸੰਗਰੂਰ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਕਿਵੇਂ ਦੇਖਦੇ ਹੋਗੇ ਕਿਉਂਕਿ ਤੁਸੀਂ ਐਜ਼ ਏ ਖਿਡਾਰੀ ਦੇ ਤੌਰ ਤੇ ਓਲੰਪਿਕ ਦੇ ਵਿੱਚ ਵਿਚਰੇ ਹੋਗੇ ਤਾਂ ਜਦੋਂ ਦੀ ਇਹ ਖਬਰ ਆਈ ਹੈ ਤਾਂ ਬਹੁਤ ਤਰ੍ਹਾਂ ਦੇ ਸਿਨੈਰੀਓ ਚੱਲ ਰਹੇ ਨੇਗੇ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਨੇ ਕਿ ਸਾਡੇ ਰਾਜਨੇਤਾ ਇਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤਰੀਕਿਆਂ ਨਾਲ ਦੇਖ ਰਹੇ ਨੇਗੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜੋ ਉਸ ਲੜਕੀ ਨੇ ਇਸ ਮਹਾਨ ਦੇਸ਼ ਲਈ ਕੀਤਾ ਪਹਿਲੇ ਦਿਨ ਉਹਨੇ ਆਪਣਾ weight ਪੂਰਾ exact 50 ਦਿਖਾ ਕੇ ਔਰ ਉਦੋਂ ਬਾਅਦ ਜਿਹੜੀਆਂ ਉਹਨੇ wrestling bouts ਲੜੀਆਂ ਚਾਹੇ ਉਹ ਕਿਊਬਨ ਸੀ ਚਾਹੇ ਉਹ ਜਪਨੀਜ਼ ਲੜਕੀ ਸੀ ਜਿਹੜੀ ਚਾਰਾਰੀ ਵਰਲਡ ਚੈਂਪੀਅਨ ਔਰ 올림픽 ਚੈਂਪੀਅਨ ਹੈ ਉਸ weight ਦੀ ਉਹਨੇ ਪ੍ਰੂਫ ਕਰਤਾ ਕਿ ਅਸੀਂ ਕਿਸੇ ਤੋਂ ਘਟ ਨਹੀਂ ਹਾਂ ਔਰ ਉਹਨੇ ਇਹ ਪ੍ਰੂਫ ਕੀਤਾ ਵੀ ਜਿੰਨੇ struggles ਉਹਨੇ ਕਈ stages ਔਰ front ਤੇ ਲੜੀਆਂ ਉਹਦੇ باوجود ਉਹਦਾ focus ਉਹਦੀ determination ਔਰ ਉਹਦੀ ਜਿਹੜੀ ਟ੍ਰੇਨਿੰਗ ਨੂੰ ਲੈ ਕੇ ਉਹਦੀ ਡਿਸਪਲਿਨਰੀ ਔਰ ਪੰਕਚੁਅਲ ਸੀਗਾ ਉਸ ਲੜਕੀ ਨੇ ਉਹਨੂੰ ਪ੍ਰੂਫ ਕਰਦੇ ਹੋਏ ਉਸ ਵੇਟ ਕੈਟੇਗਰੀ ਦੇ ਵਿੱਚੋਂ ਆਪਣੀ ਵੇਟ ਕੈਟੇ ਰੈਗੂਲਰ ਵੇਟ ਕਰੀ ਕੇ ਥੱਲੇ ਆ ਕੇ ਔਰ ਉਹ ਫਾਈਨਲਸ ਪਹੁੰਚੀ ਫਾਈਨਲਸ ਚ ਪਹੁੰਚ ਕੇ ਇਹ ਰੂਲ ਹੈ ਵੀ ਨੈਕਸਟ ਡੇ ਜਦੋਂ ਬਾਊਟ ਹੁੰਦੀ ਹੈ ਤਾਂ ਦੁਬਾਰਾ ਵੇਟ ਲਿਆ ਜਾਂਦਾ ਉਹਦੇ ਚੋਂ ਆਪਣਾ ਵੇਟ ਨਹੀਂ ਪ੍ਰੂਫ ਕਰ ਸਕੀ ਲੇਕਿਨ ਇਹਦੇ ਨਾਲ ਇਹ ਕਹਿਣਾ ਕਿ ਜਿਹੜਾ ਉਹਨੇ ਪਹਿਲੇ ਦਿਨ ਆਪਣਾ ਲੀਗਲ ਵੇਟ ਪ੍ਰੂਫ ਕਰਕੇ ਔਰ ਲੀਗਲ ਬਾਊਟਸ ਜਿੱਤ ਕੇ ਫਾਈਨਲ ਤੱਕ ਪਹੁੰਚੀ ਹੈ ਸਿਲਵਰ ਉਹਦਾ ਹੱਕ ਹੈ ਜੋ ਉਹਨੂੰ ਮਿਲਣਾ ਚਾਹੀਦਾ ਮੈਂ ਅਪੀਲ ਕਰਦਾ ਹਾਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ 올림픽 ਐਸੋਸੀਏਸ਼ਨ ਨੂੰ ਸਪੋਰਟਸ ਮਿਨਿਸਟਰੀ ਨੂੰ ਕਿ ਆਪਾਂ ਸਾਰਿਆਂ ਨੂੰ ਅਲੱਗ-ਅਲੱਗ ਥਾਂ ਤੇ ਅਪੀਲ ਕਰਨ ਦੇ ਬਜਾਏ ਇਕਜੁੱਟ ਹੋ ਕੇ ਉਹਦੇ ਕੇਸ ਨੂੰ ਸਟਰੋਂਗਲੀ ਲੜਨਾ ਚਾਹੀਦਾ ਉਹਨੂੰ ਡਿਫੈਂਡ ਕਰਨਾ ਚਾਹੀਦਾ ਔਰ ਉਸ ਲੜਕੀ ਦਾ ਬੰਦਾ ਹੱਕ ਨਹੀਂ ਉਹ ਵੇਟ ਕਰ ਸਕੀ ਮੰਨਿਆ ਅਸੀਂ ਫਾਈਨਲ 'ਚ ਨਹੀਂ ਲੜ ਸਕੀ ਅਸੀਂ ਨਹੀਂ ਕਹਿੰਦੇ ਉਹਨੂੰ 골ਡ ਦੇ ਦਿਓ ਬਟ ਸਿਲਵਰ ਉਸ ਲੜਕੀ ਦਾ ਹੈ ਉਹ ਡਿਜ਼ਰਵ ਕਰਦੀ ਹੈ ਔਰ ਜਿਸ ਇਮੋਸ਼ਨਸ ਨਾਲ ਉਹਨੇ ਟਵੀਟ ਕਰਕੇ ਰਿਟਾਇਰਮੈਂਟ ਬਾਰੇ ਔਰ ਆਪਣੇ ਮਾਨਸਿਕ ਤਣਾਅ ਬਾਰੇ ਜੋ ਆਪਣੇ ਨਾਲ ਸ਼ੇਅਰ ਕੀਤਾ ਇਹ ਮੈਂ ਆਪਣੇ ਸਾਰੇ ਭਾਰਤ ਵਰਸ਼ ਦੇ ਨਿਵਾਸੀਆਂ ਨੂੰ ਕਹਾਂਗਾ ਆਪਾਂ ਨੂੰ ਇੱਕ ਜੁਟ ਹੋ ਕੇ ਉਹਦੇ ਨਾਲ ਖੜਨਾ ਚਾਹੀਦਾ ਆਪਾਂ ਖੜਾਂਗੇ ਔਰ ਖੜ ਕੇ ਉਸ ਲੜਕੀ ਦਾ ਜੋ ਉਹਨੇ ਮਾਨ ਵਧਾਇਆ ਸਾਰੇ ਹਿੰਦੁਸਤਾਨੀਆਂ ਦਾ ਉਸ ਮਾਨ ਲਈ ਜੋ ਉਹਨੂੰ ਬਣਦਾ ਹੱਕ ਉਹ ਦਵਾਵਾਂਗੇ ਸਰ ਜਿਵੇਂ ਗੱਲ ਕਰੀਏ ਦਰਸ਼ਕ ਦੇ ਤੌਰ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬਿਆਨ ਨਿਉ ਆਉਂਦੇ ਨੇ ਪਰ ਜਿਵੇਂ ਤੁਸੀਂ ਖੁਦ 올ੰਪੀਅਨ ਰਹੋਗੇ ਕੁਸ਼ਤੀ ਦੇ ਵਿੱਚ ਰਹੋਗੇ ਤਾਂ ਜਿਵੇਂ ਜੇ ਅਸੀਂ ਵਿਨੇਸ਼ ਫਗੜ ਦੀ ਗੱਲ ਕਰੀਏ ਤਾਂ ਉਹ ਪਹਿਲੇ ਜਿਹੜੇ 3 ਮੈਚ ਲੜਦੀ ਹੈਗੀ ਜਿਸ ਤਰ੍ਹਾਂ ਜਿਹੜੇ ਉਹਦੇ ਡਾਈਟੀਸ਼ਨ ਦੱਸਦੇ ਨੇ ਪ੍ਰੋਪਰ ਜਿਹੜੀ ਟੀਮ ਸੀਗੀ ਕਿਸ ਤਰ੍ਹਾਂ ਉਹਨੂੰ ਜਿਵੇਂ ਦੱਸਿਆ ਜਾਂਦਾ ਕਿ 1.5 ਕਿਲੋ ਜਿਹੜਾ ਭੋਜਨ ਹੈਗਾ ਜਿਹੜਾ ਨਾਪ ਕੇ ਉਹਨੂੰ ਦਿੱਤਾ ਗਿਆ ਜਿਹਦੀ ਉਹਨੂੰ ਲੋਡ ਸੀ ਕਿਉਂਕਿ ਬਹੁਤ ਸਾਰੀ ਊਰਜਾ ਉਹਦੀ ਉਹ 3 ਮੈਚਾਂ ਦੇ ਉੱਪਰ ਲੱਗ ਚੁੱਕੀ ਸੀਗੀ ਤਾਂ ਪੂਰੀ ਰਾਤ ਉਹ ਕਿਸ ਤਰ੍ਹਾਂ ਮਿਹਨਤ ਕਰਦੀ ਤਾਂ ਤੁਸੀਂ ਸਾਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਜਿਹੜਾ ਉਹਨੇ ਪੂਰੀ ਰਾਤ ਦੇ ਵਿੱਚ ਉਹ ਜਿਹੜਾ ਵਜਨ ਹੈਗਾ 2 ਕਿਲੋ ਦੇ ਕਰੀਬ ਜਿਹੜਾ ਵਜਨ ਹੈ ਪ੍ਰੋਪਰ ਉਹਨੇ ਘਟਾਇਆ ਤੇ ਪੂਰੀ ਰਾਤ ਉਹਨੂੰ ਸੌਣ ਦੇ ਲਈ ਵੀ ਕਿਹਾ ਗਿਆ ਪਰ ਉਹਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਉਹ ਲਗਾਤਾਰ ਪ੍ਰੈਕਟਿਸ ਕਰ ਰਹੀ ਸੀ ਤਾਂ ਉਸ ਸਮੇਂ ਕਿਸ ਤਰ੍ਹਾਂ ਦੀਆਂ ਮਾਨਸਿਕ ਸਥਿਤੀਆਂ ਦੇ ਵਿੱਚ ਉਹ ਖਿਡਾਰੀ ਨੇ ਮਤਲਬ ਗੁਜ਼ਰਦਾ ਹੈਗਾ ਰਾਤ ਨੂੰ ਦੇਖੋ ਜਦੋਂ ਤੁਸੀਂ ਪਹਿਲੇ ਦਿਨ ਆਪਣਾ weight ਦੇ ਕੇ ਔਰ ਇਸ ਤਰ੍ਹਾਂ ਦੀਆਂ world class fights ਲੜਦੇ ਹੋ ਤੁਸੀਂ ਇੱਕ ਇਨਸਾਨ ਨੂੰ ਬਾਇਓਮੈਟ੍ਰਿਕਸ ਆਪਣੇ ਅੰਦਰ ਕੰਮ ਕਰਦੇ ਨੇ ਤਾਂ ਉਹਨੂੰ ਉਸ ਲੈਵਲ ਦੇ ਪ੍ਰੋਟੀਨਸ ਕਾਰਬੋਹਾਈਡਰੇਟਸ ਐਂਡ ਫਲੂਇਡ ਵੀ ਚਾਹੀਦੇ ਹੋਣਗੇ ਜੇ ਉਹ ਨਹੀਂ ਲਏਗੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹਦਾ ਕਿੰਨਾ ਡੇਂਜਰਸ ਇਫੈਕਟ ਹੋਊਗਾ ਉਹਦੀ ਜਾਨ ਵੀ ਜਾ ਸਕਦੀ ਹੈ ਉਹ ਸਾਰੇ ਡਾਈਟੀਸ਼ਨਸ ਨੇ ਪ੍ਰੋਪਰ ਵਰਕ ਕੀਤਾ ਜਦੋਂ ਰਾਤ ਨੂੰ ਪਤਾ ਲੱਗਿਆ ਵੀ ਨੈਕਸਟ ਡੇ ਇੰਨਾ weight ਘਟਾਣਾ ਹੈ ਤਾਂ ਲੜਕੀ ਦੇ efforts ਚ ਰਨਿੰਗ ਹੈ ਚ ਸੋਨਾ ਬਾਥ ਹੈ ਚ 스ਕਿਪਿੰਗ ਹੈ ਚ ਰੈਸਲਿੰਗ ਟ੍ਰੇਨਿੰਗ ਹੈ ਕੋਈ ਕਸਰ ਨਹੀਂ ਇਵਨ ਕਿ ਆਪਣੇ ਵਾਲ ਔਰ ਖੂਨ ਤੱਕ ਉਸ ਲੇਡੀ ਨੇ ਜਿਹੜਾ ਕੱਟ ਡਾਊਨ ਕੀਤੇ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ ਕਿ ਜਿਹੜਾ ਲਾਸਟ ਸਟੇਜ ਤੇ ਇਸ ਵਰਲਡ ਕਲਾਸ 올림픽 ਕਲਾਸ ਜਿਹੜੀ ਟੌਪ 엘ਿਟ ਫਿਟਨੈਸ ਦੇ ਵਿੱਚੋਂ ਉਹ ਐ ਤਾਂ ਹੈ ਨਹੀਂ ਕਿ ਬੰਦਾ ਉਹਦੇ ਵਿੱਚ ਫੈਟ ਅਤੇ ਫੈਟ ਰਿਡਿਊਸ ਹੋ ਜਾਣਾ ਵਾਟਰ ਹੀ ਹੈ ਜਿਹੜਾ ਵਾਟਰ ਰਿਟੈਂਡ ਹੋਣਾ ਤਾਂ ਉਹਦੀ ਵੀ ਇੱਕ ਸੀਮਤਾ ਹੈ ਉਦੋਂ ਬਾਅਦ ਉਸ ਡਿਗਰੀ ਤੋਂ ਜਾ ਕੇ ਬਾਡੀ ਵਾਟਰ ਰਿਟੈਂਡ ਕਰਨਾ ਬੰਦ ਕਰ ਦਿੰਦੀ ਹੈ ਨਹੀਂ ਤਾਂ ਬਾਡੀ ਦਾ ਆਪਣਾ ਜਿਹੜਾ ਸਿਸਟਮ ਹੈ ਚਾਹੇ ਉਹ ਬਲੱਡ ਫਲੋ ਦਾ ਚਾਹੇ ਰੈਸਪੀਰੇਟਰੀ ਹੈ ਚਾਹੇ ਨਰਵਸ ਸਿਸਟਮ ਹੈ ਉਹ ਸ਼ਟਡਾਊਨ ਹੋ ਜਾਏਗਾ ਤਾਂ ਇਹ ਮੈਂ ਇਹ ਪ੍ਰੋਬਲਮਸ ਦੇਖੀਆਂ ਪਹਿਲਾਂ ਕਈ ਰੈਸਲਰਸ ਨੇ ਐਫੀਐਸ ਕੀਤੀਆਂ ਨੇ ਵਰਲਡ ਲੈਵਲ ਤੇ ਜਾ ਕੇ ਮੈਂ ਸਾਰੀਆਂ ਗੱਲਾਂ ਮੰਨਦਾ ਬਟ ਮੇਰਾ ਸਿਰਫ ਇੱਕੋ ਪੁਆਇੰਟ ਹੈ ਕਿ ਉਸ ਲੜਕੀ ਨੇ ਜੇ ਪਹਿਲੇ ਦਿਨ ਆਪਣੇ ਆਪ ਨੂੰ ਲੀਗਲੀ ਪ੍ਰੂਫ ਕਰਕੇ ਲੀਗਲੀ ਵਰਲਡ ਕਲਾਸ ਫਾਈਟਸ ਜਿੱਤ ਕੇ ਉਹ ਫਾਈਨਲ ਚ ਪਹੁੰਚੀ ਹੈ ਉਹ ਫਾਈਨਲ ਚ ਆਪਣਾ ਜੇ weight ਨਹੀਂ ਦੇ ਪਾਈ ਕਰੈਕਟ 100 ਗ੍ਰਾਮ ਜ਼ਿਆਦਾ ਸੀ ਐਕਸ ਦੀ ਐਕਸੈਪਟ ਕਰਦੇ ਆ ਬਟ ਸਾਰੇ ਟੂਰਨਾਮੈਂਟਸ ਚ ਉਹਨੂੰ ਡਿਸਕਵਾਲਿਫਾਈ ਕਰ ਦੇਣਾ ਇਹ ਅਨਜਸਟਿਸ ਹੈ ਰੂਲਸ ਚ ਲਿਖਿਆ ਤਾਂ ਰੂਲਸ ਬਦਲਣ ਦੀ ਲੋੜ ਹੈ ਕਿਉਂਕਿ ਉਹ ਲੜਕੀ ਆਪਣਾ ਸਿਲਵਰ ਮੈਡਲ ਰਿਜ਼ਰਵ ਕਰਦੀ ਹੈ ਜਿੱਥੇ ਉਹ ਪਹੁੰਚਿਆ ਉਸ ਲੜਕੀ ਨੂੰ ਡਿਸਕਵালিਫਾਈ ਕਰਕੇ ਖਾਲੀ ਹੱਥ ਭੇਜ ਦੇਣਾ ਇੱਕ ਐਡੇ ਇਸ ਲੈਵਲ ਦੇ ਜਿਹੜਾ ਪਹਿਲਾਂ ਦੋ ਵਾਰੀ ਵਰਲਡ ਦਾ ਮੈਡਲਿਸਟ ਹੈ ਏਸ਼ੀਅਨ ਗੇਮਸ ਕਾਮਨਵੈਲਥ ਦਾ ਚੈਂਪੀਅਨ ਹੈ ਮਲਟੀਪਲ ਟਾਈਮਸ ਦੇਸ਼ ਦੇ ਲਈ ਉਹਨੇ ਪਾਰਟਿਸਿਪੇਟ ਕੀਤਾ ਔਰ ਦੇਸ਼ ਨੂੰ ਗਲੋਰੀ ਦਵਾਈ ਇਸ ਤਰ੍ਹਾਂ ਦੇ ਸਪੋਰਟਸਮੈਨ ਨਾਲ ਇਸ ਤਰ੍ਹਾਂ ਉਹਦੀ ਵਿਦਾਈ ਹੋਣਾ ਇਸ ਤਰ੍ਹਾਂ ਉਹਦੇ ਸੁਪਨੇ ਨੂੰ ਤੋੜਨਾ ਔਰ ਸਿਰਫ ਇੱਕ ਰੂਲ ਦਾ ਸੈੱਟ ਦਿਖਾ ਕੇ ਕਿ ਆਹ ਰੂਲ ਹੈ ਜੋ ਰੂਲ ਦਾ ਸੈੱਟ ਹੈ ਤਾਂ ਰੂਲ ਨੀਡਸ ਟੂ ਬੀ ਚੇਂਜਡ ਹਮੇਸ਼ਾ ਬੈਟਰਮੈਂਟ ਵਾਸਤੇ ਔਰ ਹਰ ਕਿਸੇ ਨੂੰ ਇਕੁਅਲ ਰਾਈਟਸ ਦੇਣ ਵਾਸਤੇ ਰੂਲਸ ਬਣਾਏ ਜਾਂਦੇ ਨੇ ਕਿਸੇ ਨੂੰ ਡਿਸਕਰਜ ਕਰਨ ਵਾਸਤੇ ਜਾਂ ਉਸ ਚੀਜ਼ ਨੂੰ ਬਿਲਕੁਕੁਲ ਖਤਮ ਕਰਨ ਵਾਸਤੇ ਨਹੀਂ ਬਣਾਏ ਜਾਂਦੇ ਜੇ ਗਲਤ ਨੇ ਤਾਂ ਗਲਤ ਨੂੰ ਠੀਕ ਕਰਨ ਦੀ ਲੋੜ ਹੈ ਤਾਂ ਵਿਦੇਸ਼ੀ 올ੰਪੀਅਨ ਨੇ ਜਿੱਥੇ 2012 ਦੇ ਲੰਡਨ ਦੇ ਤਾਂ ਉਹਨਾਂ ਨੇ ਵੀ ਟਵੀਟ ਕੀਤਾਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਸਿਲਵਰ ਦੀ ਹੱਕਦਾਰ ਹੈਗੀ ਉਹਨਾਂ ਨੇ ਬਤੌਰ ਜਿਹੜੇ ਕੰਡੀਸ਼ਨ ਲਾ ਕੇ ਉਹਨਾਂ ਨੇ ਦੱਸਿਆ ਕਿ ਵਿਨੇਸ਼ ਫਗਾਟ ਦਾ ਜਿਹੜਾ ਸਿਲਵਰ ਦਾ ਹੱਕ ਬਣਦਾ ਹੈਗਾ ਤਾਂ ਹੁਣ ਵਕ ਵਕ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਜਿਵੇਂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਏਸ਼ੀਆਈ ਜਦੋਂ ਖਿਡਿਆਰੀ ਜਾਂਦੇ ਆ ਜਾਂ ਜਦੋਂ ਯੂਰਪ ਵਰਗੇ ਮੁਲਕਾਂ ਦੇ ਵਿੱਚ ਇਦਾਂ ਦੀਆਂ ਗੇਮਾਂ ਹੁੰਦੀਆਂ ਨੇ ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਖਿਡਾਰੀਆਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਵੀ ਕਰਨਾ ਪੈਂਦਾਗਾ ਆਪਾਂ ਨਾ ਬਹੁਤ ਛੇਤੀ ਜੰਪ ਕਰ ਰਹੇ ਹਾਂ ਕਨਕਲੂਜਨ 'ਚ ਮੈਨੂੰ ਸਾਰੇ ਜਿਹੜੇ ਦਰਸ਼ਕ ਸੋਸ਼ਲ ਮੀਡੀਆ ਤੇ ਨੇ ਬਾਕੀ ਨੇ ਉਹਨਾਂ ਸਾਰਿਆਂ ਨੂੰ ਕਹਾਂਗਾ ਕਿ ਇਹ ਨਾ ਚੀਜ਼ਾਂ ਨਾਲੋਂ ਜ਼ਿਆਦਾ ਲੋਡ ਹੈ ਕਿ ਉਹਨੂੰ ਕਿਵੇਂ ਹੁਣ ਲੀਗਲੀ ਫਾਈਟ ਕਰੀਏ ਇਹਦੇ ਵਿੱਚ ਜਿੰਨੀ ਦੇਰ ਤਿੰਨ ਚੀਜ਼ਾਂ ਇਨਵੋਲਵ ਨਹੀਂ ਹੁੰਦੀਆਂ ਔਰ ਇੱਕ ਪਲੇਟਫਾਰਮ ਤੇ ਨਹੀਂ ਆਂਦੀਆਂ ਇਹ ਲੀਗਲੀ ਫਾਈਟ ਨਹੀਂ ਲੜੀ ਜਾ ਸਕਦੀ レスリング फेडरेशन ऑफ इंडिया ਨੂੰ ਅੱਗੇ ਆਣਾ ਪਾਊਗਾ 올림픽 ਐਸੋਸੀਏਸ਼ਨ ਆਫ ਇੰਡੀਆ ਨੂੰ ਅੱਗੇ ਆਣਾ ਪਾਊਗਾ ਔਰ ਸਪੋਰਟਸ ਮਿਨਿਸਟਰੀ ਗਵਰਨਮੈਂਟ ਨੂੰ ਅੱਗੇ ਆਣਾ ਪਊਗਾ ਇਹ ਤਿੰਨੋਂ ਇਕੱਠੇ ਹੋ ਕੇ ਜਦੋਂ ਲੀਗਲੀ ਇਸ ਚੀਜ਼ ਨੂੰ ਫਾਈਟ ਕਰਨਗੇ ਤਾਂ ਮੈਂ ਸ਼ੋਰ ਹਾਂ ਕਿ ਆਪਾਂ ਇਹ ਫਾਈਟ ਜਿੱਤਾਂਗੇ ਔਰ ਲੜਕੀ ਦਾ ਜੋ ਬੰਦਾ ਮੈਡਲ ਹੈ ਔਰ ਜੋ ਮਾਨ ਸਨਮਾਨ ਹੈ ਉਹ ਆਪਣਾ ਰਿਵੀਲ ਕਰੇਗੀ ਸੋ ਇਹ ਸਨ ਸਾਡੇ ਨਾਲ ਪ੍ਰਵਿੰਦਰ ਸਿੰਘ ਚਿਮਾ ਜਿਨ੍ਹਾਂ ਨੇ ਦੱਸਿਆਗਾ ਕਿ ਇਸ ਸਮੇਂ ਪੂਰੇ ਦੇਸ਼ ਨੂੰ ਜਾਂ ਹਰ ਇੱਕ ਜਿਹੜਾ ਖੇਡ ਪ੍ਰੇਮੀ ਹੈਗਾ ਉਸ ਨੂੰ ਵਿਨੇਸ਼ ਫੁਗਾਰਡ ਦੇ ਨਾਲ ਮਜਬੂਤ ਹੋ ਕੇ ਖੜਨ ਦੀ ਲੋੜ ਹੈ ਕਿਉਂਕਿ ਇਸ ਸਮੇਂ ਜਿਹੜਾ ਹੱਕ ਹੈਗਾ ਸਿਲਵਰ ਮੈਡਲ ਦਾ ਜਿਹੜਾ ਹੱਕ ਹੈਗਾ ਉਹ ਵਿਨੇਸ਼ ਫੁਗਾਰਡ ਦਾ ਬਣਦਾ ਹੈਗਾ ਕਿਸੇ ਤਰ੍ਹਾਂ ਦੇ ਵੀ ਜਿਹੜੇ ਰੂਲ ਨੇਗੇ ਜਾਂ ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਕਿਉਂਕਿ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਹੈਗਾ ਜਿਹੜੀ ਜਿਹੜਾ ਕੁਸ਼ਤੀ ਮਹਾ ਸੰਘ ਹੈਗੀ ਉਹਦੇ ਵੱਲੋਂ ਵੀ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਸਿਲਵਰ ਮੈਡਲ ਹੈਗਾ ਉਹ ਵਿਨੇਸ਼ ਫੁਗਾਰਡ ਨੂੰ ਦਿੱਤਾ ਜਾਵੇ ਸਮਰਨ ਉਸ ਤੋਂ ਕੁਲਵੀਰ ਸਿੰਘ ਸੰਗਰੂਰ